ਸਭ ਗੱਲ ਪੰਜਾਬ ਦੇ ਲੀਡਰਾਂ ਦੀ ਕਰਾਂਗੇ ਪੰਜਾਬ ਦੇ ਲੀਡਰਾਂ ਦੇ ਮਗਰ ਵਿਜੀਲੈਂਸ ਭੱਜੀ ਫਿਰਦੀ ਹੈ ਤੇ ਲੀਡਰ ਡਾਕਟਰਾਂ ਦੇ ਮਗਰ ਭੱਜੇ ਫਿਰਦੇ ਨੇ ਖੌਰੇ ਡਰ ਗਏ ਨੇ ਇਹਨਾਂ ਨੂੰ ਖਾਣ ਲੱਗਿਆ ਡਰ ਨਹੀਂ ਲੱਗਾ ਗੱਲ ਇਹ ਸਵਲੀਨ ਕਿ ਜਦੋਂ ਕਾਨੂੰਨ ਦਾ ਸ਼ਕੱਜਾ ਜਿਹੜਾ ਹੈ ਨਾ ਟਾਈਟ ਹੁੰਦਾ ਕਿਸੇ ਦੇ ਵੀ ਦੁਆਲੇ ਕਹਿੰਦੇ ਹੁੰਦੇ ਨਾ ਪੰਜਾਬ ਦੇ ਵਿੱਚ ਕਿ ਰੱਬ ਕਿਸੇ ਨੂੰ ਅਦਾਲਤਾਂ ਦੇ ਚੱਕਰ ਚ ਨਾ ਪਾਏ ਤੇ ਇਹ ਜਦੋਂ ਚੱਕਰ ਪੈਂਦੇ ਨੇ ਤਾਂ ਫਿਰ ਬੜੀ ਦੂਰ ਤੱਕ ਜਾਂਦੀ ਹੈ ਗੱਲ ਹਰ ਜਗ੍ਹਾ ਦਲੀਲ ਹੋਣਾ ਪੈਂਦਾ ਇਨਸਾਨ ਨੂੰ ਇਹ ਭਾਰਤ ਦੇ ਵਿੱਚ ਰਵਾਜ ਹੈ ਕਿ ਜਦੋਂ ਕਿਸੇ ਵੱਡੇ ਆਗੂ ਦੇ ਖਿਲਾਫ ਸ਼ਿਕੰਜਾ ਟਾਈਟ ਹੁੰਦਾ ਤਾਂ ਫਿਰ ਉਹ ਪਹਿਲਾ ਧਿਆਨ ਉਹਦਾ ਜਿਹੜਾ ਨਾ ਡਾਕਟਰਾਂ ਵੱਲੋਂ ਹੁੰਦਾ ਹਸਪਤਾਲ ਵੱਲੋਂ ਹੁੰਦਾ ਮੈਨੂੰ ਯਾਦ ਹੈ ਪੰਜਾਬ ਆਪਣੇ ਭਾਰਤ ਦੀ ਇੱਕ ਪ੍ਰਮੁੱਖ ਅਖਬਾਰ ਦਾ ਹੈਡਿੰਗ ਜਦੋਂ ਸਾਬਕਾ ਵਿੱਤ ਮੰਤਰੀ ਭਾਰਤ ਦੇ ਪੀ ਚਦੰਬਰਮ ਤੇ ਕੇਸ ਦਰਜ ਹੋਇਆ ਜਦੋਂ ਹਰਾਸਤ ਵਿੱਚ ਲੈਣ ਦੀ ਗੱਲ ਆਈ ਤੇ ਉਹ ਟਾਈਟਲ ਉਹਨਾਂ ਨੇ ਦਿੱਤਾ ਸੀ ਚਦੰਬਰਮ ਕੀਪਸ ਦਾ ਟ੍ਰੈਂਡ ਅਲਾਈਵ ਵਾਈ ਆਲ इंडियन पॉलिटिशियंस फॉल्स सिक ऑन लैंडिंग इन जेल मतलब ये है कि ओन्ना ने भी बहाना लाया फिर एम्स ਦੇ ਡਾਕਟਰਾਂ ਨੇ ਕਹਤਾ ਕਿ ਨਹੀਂ ਕੋਈ ਬਿਮਾਰੀ ਨਹੀਂ ਉਹਨੂੰ ਠੀਕ ਠਾਕ ਨਹੀਂ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਖਾਸ ਤੌਰ ਤੇ ਪਿਛਲੀ ਸਰਕਾਰ ਦੇ ਕਈ ਮੰਤਰੀ ਤੇ ਐਮਐਲਏ ਜਿਹੜੇ ਨੇ ਉਹ ਵਿਜੀਲੈਂਸ ਦੀ ਰਿਡਾਰ ਤੇ ਨੇ ਤੇ ਸ਼ਕੰਜੇ ਵਿੱਚ ਨੇ ਭੱਜੇ ਫਿਰਦੇ ਨੇ ਦਿਨ ਰਾਤ ਅਗਾਂਵ ਜ਼ਮਾਨ ਤੱਕਰਾ ਰਹੇ ਨੇ ਕਈਆਂ ਦੇ ਨਾਮ ਹੀ ਆਉਂਦੇ ਨੇ ਤੇ ਭੱਜ ਦੁਰਦੇ ਨੇ ਕਈ ਲੱਭ ਨਹੀਂ ਰਹੇ ਕਿ ਵਿਦੇਸ਼ਾਂ ਨੂੰ ਜਾਣ ਦੀ ਤਾਕ ਵਿੱਚ ਨੇ ਇਸੇ ਤਰ੍ਹਾਂ ਵਿਜੀਲੈਂਸ ਨੇ ਜਿਹੜੀ ਜਿਹੜੇ ਆਗੂਆਂ ਦੀ ਸਿਹਤ ਵਿਗਾੜੀ ਉਹਨਾਂ ਦੀ ਸੂਚੀ ਪੰਜਾਬ ਦੀ ਇੱਕ ਪ੍ਰਮੁੱਖ ਅਖਬਾਰ ਨੇ ਛਾਪੀ ਆ। ਥੋੜੀ ਜਿਹੀ ਹਾਸੋਹੀਣੀ ਕੀ ਗੱਲ ਐ ਤੇ ਫੜੋ ਫੜੀ ਜਿਹੜੀ ਸ਼ੁਰੂ ਕੀਤੀ ਐ। ਵਿਜੀਲੈਂਸ ਨੇ ਦੇ ਕੋਲ ਨਾ ਫਿਰ ਮੈਡੀਕਲ ਸਰਟੀਫਿਕੇਟ ਪਹੁੰਚ ਰਹੇ ਨੇ। ਕਿ ਸਾਨੂੰ ਆ ਬਿਮਾਰੀ ਐ ਸਾਨੂੰ ਆ ਬਿਮਾਰੀ ਐ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਿੰਦਰ ਚਾਹਲ ਜਿਹੜੇ ਨੇ ਜਦੋਂ ਵੀ ਉਹਨਾਂ ਨੂੰ ਵਿਜੀਲੈਂਸ ਨੇ ਸੱਦਿਆ ਤੇ ਉਹ ਮੈਡੀਕਲ ਸਰਟੀਫਿਕੇਟ ਭੇਜ ਦਿੰਦੇ ਨੇ। ਕੋਵਿਡ ਹੋ ਗਿਆ ਬਲੱਡ ਪ੍ਰੈਸ਼ਰ ਵੱਧ ਗਿਆ ਦਿਲ ਦੀ ਬਿਮਾਰੀ ਵੀ ਆ ਇਸੇ ਤਰ੍ਹਾਂ ਸਾਬਕਾ ਬਿਜਲੀ ਮੰਤਰੀ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਨੇ ਹੁਣ ਇਸ ਵੇਲੇ ਭਾਜਪਾ ਵਿੱਚ ਨੇ ਉਹਨਾਂ ਨੂੰ ਸੰਪਤੀ ਤੇ ਬੇਰਵੇਆਂ ਵਾਲਾ ਪਰਫਾਰਮਾ ਦਿੱਤਾ ਗਿਆ ਤੇ ਗੋਡਿਆਂ ਦਾ ਆਪਰੇਸ਼ਨ ਹੋਣ ਦਾ ਮੈਡੀਕਲ ਸਰਟੀਫਿਕੇਟ ਭੇਜ ਕੇ ਮੌਲਤ ਮੰਗ ਲਈ ਹਾਈਪਰ ਟੈਨਸ਼ਨ ਭਾ ਬਲੱਡ ਪ੍ਰੈਸ਼ਰ ਦੀ ਵੀ ਗੱਲ ਉਹਨਾਂ ਨੇ ਕੀਤੀ ਹੁਣ ਓਪੀ ਸੋਨੀ ਦੀ ਵੀ ਵਿਜੀਲੈਂਸ ਕੋਲ ਪੇਸ਼ੀ ਹੋ ਰਹੀ ਹੈ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਸ਼ੂਗਰ ਵੀ ਹੈ ਤੇ ਬਲੱਡ ਪ੍ਰੈਸ਼ਰ ਵੀ ਹੈ। ਵੀਲੈਸ ਵਾਲੇ ਕਹਿੰਦੇ ਨੇ ਇਸ ਅਖਬਾਰ ਦੀ ਖਬਰ ਮੁਤਾਬਕ ਕਿ ਜਦੋਂ ਅਸੀਂ ਕਿਸੇ ਨੂੰ ਗ੍ਰਿਫਤਾਰ ਕਰਦੇ ਹਾਂ ਤੇ 24 ਘੰਟੇ ਦੇ ਅੰਦਰ ਅੰਦਰ ਉਹਨਾਂ ਦੇ ਮੈਡੀਕਲ ਕਰਾਉਣਾ ਸਾਨੂੰ ਲਾਜ਼ਮੀ ਹੁੰਦਾ ਹੈ। ਤੇ ਫਿਰ ਉਹਦੇ ਵਿੱਚ ਫਿਰ ਕਈ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਸੁੰਦਰ ਸ਼ਾਮ अरोੜਾ ਨੇ ਕਿਹਾ ਸੀ ਕਿ ਸ਼ੂਗਰ ਹੈ ਤੇ ਪਿੱਠ ਦੀ ਦਰਦ ਹੈ। ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨੈਕ ਹਰਾਸਤ ਵਿੱਚ ਨਿਟਿਸ਼ਲ ਕਸਟਡੀ ਦੇ ਵਿੱਚ ਨੇ। ਜੀ। ਉਹਨਾਂ ਨੇ ਵੀ ਕਿਹਾ ਕਿ ਮੈਨੂੰ ਬਲੱਡ ਪ੍ਰੈਸ਼ਰ ਹੈ ਫੇਫੜਿਆਂ ਦੀ ਇਨਫੈਕਸ਼ਨ ਪਿੱਠ ਦਾ ਦਰਦ ਸਾਰੀਆਂ ਬਿਮਾਰੀਆਂ ਜਿਹੜੀਆਂ ਨਾ ਉਹ ਨਿਕਲ ਗਈਆਂ ਜੀ ਇਸੇ ਤਰ੍ਹਾਂ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀ ਕਿ ਕਰਤਾਰਪੁਰ ਦੇ ਵਿੱਚ ਜੰਗੇ ਆਜ਼ਾਦੀ ਸਮਾਰਕ ਜਿਹੜਾ ਬਣ ਰਿਹਾ ਉਸ ਵਿੱਚ ਉਹਦੇ ਇੱਕ ਕਾਰਜਕਾਰੀ ਅਫਸਰ ਵਿਨੇ ਪਪਲਾਨੀ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਪਿੱਤੇ ਦੀ ਸ਼ਿਕਾਇਤ ਆ ਸਾਧੂ ਸਿੰਘ ਧਰਮਸੋਤ ਨੂੰ ਫੜਿਆ ਸੀ ਤੇ ਵਾਰ-ਵਾਰ ਮੈਡੀਕਲ ਕਰਾਇਆ ਗਿਆ ਤੇ ਡਾਕਟਰ ਕੋਲ ਖਲਾਸਾ ਕੀਤਾ ਕਿ ਬਹੁਤ ਢੇਰ ਦਾ ਮੈਨੂੰ ਬਲੱਡ ਪ੍ਰੈਸ਼ਰ ਹੈ ਦੇਖੋ ਜਦੋਂ ਚੋਣਾ ਲੜਨੀਆਂ ਹੁੰਦੀਆਂ ਨੇ ਥਾਪੀਆਂ ਮਾਰਨੀਆਂ ਹੁੰਦੀਆਂ ਨੇ ਵੱਡੇ ਵੱਡੇ ਭਾਸ਼ਣ ਦੇਣੇ ਹੁੰਦੇ ਨੇ ਆ ਜਾਓ ਦੇਖ ਲਵਾਂਗੇ ਆ ਕਰ ਲਾਂਗੇ ਆ ਕਰ ਲਾਂਗੇ ਉਦੋਂ ਤੇ ਕੋਈ ਵੀ ਮਰੀ ਨਹੀਂ ਹੁੰਦੀ ਤੇ ਫਿਰ ਇੰਨੀ ਨਹੀਂ ਲੰਬੀ ਉਮਰ ਤੱਕ ਰਿਟਾਇਰਮੈਂਟ ਵੀ ਨਹੀਂ ਲਈ ਜਾਂਦੀ ਭਾਰਤ ਵਰਗੇ ਮੁਲਕ ਵਿੱਚ ਸਿਆਸਤ ਤੋਂ ਤੇ ਆਖਰੀ ਉਮਰ ਤੱਕ ਚੋਣਾ ਲੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ 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 ਜਿਹੜੀਆਂ ਬਿਮਾਰੀਆਂ ਨੇ ਫਿਰ ਜਦੋਂ ਕਿਤੇ ਇਸ ਤਰ੍ਹਾਂ ਦਾ ਕੇਸ ਪੈਂਦਾ ਫਿਰ ਨਿਕਲ ਆਉਂਦੀਆਂ ਨੇ ਖੈਰ ਬਿਜਿਲੀنس ਬਹੁਤ ਬਿਜ਼ੀ ਹੈ ਤੇ ਉਹਨਾਂ ਨੂੰ ਕੋਈ ਚੰਗੇ ਡਾਕਟਰਾਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਾ ਆਵੇ ਪਰ ਇਹ ਇੱਕ ਸੂਚੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਪੰਜਾਬ ਦੀ ਇੱਕ ਅਖਬਾਰ ਦੇ ਹਵਾਲੇ